ਦੀਪਿਕਾ ਸਫੀਗਾ ਦੀਪਿਕਾ ਦੇ ਵਿਆਹ ਕੇ ਗਾਣੇ ਗਾਏ ਆ ਤੁਸੀਂ ਇਹਦੇ ਵਿਆਹ ਚ ਗਾਣੇ ਗਾਏ ਆ ਤੁਸੀਂ ਮੈਂ ਗਾਉਣਾ ਹਾਂ ਹਾਂਜੀ ਚੱਕਰ ਚੋ ਨਹੀਂ ਗਾਇਆ ਮੈਂ ਪਤਾ ਕੀ ਕਿਹਾ ਇੱਕ ਨੂੰ ਮੈਂ ਕਿਹਾ ਮੈਂ ਫੜ ਲਵਾਂ ਤੁਸੀਂ ਆ ਮੈਂ ਕਿਹਾ ਹੁਣ ਫੜ ਲਵਾਂ ਆ ਇਹਦੇ ਤੇ ਬੋਲਣਾ ਮੇਰੀ ਮਾਂ ਆਉਂਦੇ ਵੀ ਤੂੰ ਕਹੇ ਤੁਸੀਂ ਆਉਣਾ ਰੁਪੀਰ ਭਾਈ ਮੇਰਾ ਜੋਰ ਬੋਲ ਰਿਹਾ ਹੈ ਕੌਣ ਆਪਾਂ ਕੀ ਵਾ ਤੈਨੂੰ ਦੇਖੋ ਵੇਖੋ ਮੈਂ ਬੋਲਦੇ ਆ ਮੈਂ ਮੇਰੇ ਪਰਦੇ ਕਰਕੇ ਰੋਣਾ ਪੋ ਹੋਰ ਕਿਹੜਾ ਪਿੰਡਾ ਬੀਬੀ ਪੁੱਤ ਪੁੱਤ ਇਹ ਹੈ ਆਹਿਆ ਕੋਈ ਚੀਜ਼ ਕਿ ਬਚ ਗਈ ਮੈਂ ਖੜੇ ਤਰੇ ਤਾਂ ਨਹੀਂ ਜਾਗਾ ਮੈਂ ਖੜੇ ਤਰੇ ਤਾਂ ਨਹੀਂ ਜਾਗਾ ਪਹਿਲਾਂ ਹੈ ਆਪਾਂ ਪਹਿਲੀ ਵਾਰ ਮਿਲੇ ਅੱਜ ਚਲੋ ਬੱਚੋ ਮੁੰਡੇ ਅੱਧੀ ਕੁਛ ਤਾਂ ਬੀਬੀ ਨਹੀਂ ਦੇ ਦਿੰਦਾ ਹੈ ਬਚ ਗਏ ਰੱਖੇ ਸੀਗੇ ਘਰੇ ਅਲਮਾਰੀ ਘਰੇ ਪਈ ਆ ਕਿ ਸਾਡੇ ਘਰੇ ਪਈ ਆ ਅਲਮਾਰੀ ਤੁਹਾਡੇ ਘਰੇ ਪਈ ਕਿ ਸਾਡੇ ਘਰੇ ਬੀਬੀ ਫਿਰ ਮੈਂ ਨਹੀਂ ਕਿਹਾ ਵੀ ਘਰੋਂ ਬਚ ਆ ਹੈ ਬੀਬੀ ਅਲਮਾਰੀ ਦੋ ਬਣਨੇ ਵਾਲੀ ਆ ਇਹ ਹੈ ਸਾਲ ਹੋ ਗਿਆ
ਸਮਾਂ ਨਹੀਂ ਦੱਸਦੀ ਬੀਬੀ ਹੈ। ਮੈਂ ਦੱਸ ਦਿੰਦਾ ਕਿਹੜੇ ਚੱਕੇ ਆ ਔਰ ਤੇਰਾ ਟੌਪਸ ਮੁੜਦੇ ਨਹੀਂ ਬੀਬੀ ਮੁੜਦੇ ਹੈ ਰੂੜ ਸਾਲ ਬਾਅਦ ਜਵਾਕ ਮਾਂ ਤੋਂ ਪਾਸੇ ਰਹੇ ਮਾਂ ਨੂੰ ਨਹੀਂ ਸਿਆਲ ਦਾ ਟੌਪਸ ਕਿਤੇ ਬਣਾਉਣਗੇ ਨਹੀਂ ਪਤਾ ਨਹੀਂ ਦੱਸ ਦਿੱਤਾ ਕਿਹਦੇ ਨਹੀਂ ਟੌਪਸ ਦੇ ਪੈਰ ਲੱਗ ਗਏ ਉਹ ਆਪ ਚਲੇ ਗਏ ਸਾਡਾ
ਸਾਰੀ ਸੰਗਤ ਇਹਨਾਂ ਤੇ ਅਰਦਾਸ ਕਰੋ ਕਿ ਬਾਬਾ ਜੀ ਇਹਨਾਂ ਦੀ ਫਰਿਆਦ ਸੁਣੀ ਜਾਵੇ। ਸਾਰੀ ਸੰਗਤ ਅਰਦਾਸ ਕਰਦੇ ਕੀ ਦੱਸਦਾ ਕਹਿੰਦਾ ਬਾਬਾ ਇਹ ਭੁੱਖ ਮਿੱਟੀ ਨੀ ਪੂਰੀ ਰੋਈ ਜਾਂਦੀ ਆ ਮਨ ਨੂੰ ਆਰਾਮ ਛੱਡਦਾ ਦੋਵਾਂ ਦੇ ਬਾਬਾ ਲੋਕਾਂ ਨੂੰ ਇੱਟਾਂ ਨੂੰ ਪੱਕਦੀ ਦੇ ਦਿੰਦਾ ਤੇ ਸਾਡੇ ਬਾਹਰ ਬੋਲੋ ਕਿੰਨਾ ਚਿਰ ਹੋ ਗਿਆ ਉਹਨੂੰ 12 ਸਾਲ ਹੋ ਗਏ 12 ਸਾਲਾਂ ਬਾਅਦ ਸੁਣੀ ਜਾਂਦੀ ਰੋੜੀ ਦੀ ਬਾਕੀ ਹੋ ਕੇ ਉੱਕੇ ਬੱਚੀ ਲੱਗਾ ਬਸ ਹੋ ਗਿਆ ਹੁਣ ਤਾਂ ਹਲੋ ਬਈ ਬਸ ਇੰਨਾ ਹੀ ਚੱਲਦਾ ਆਹ ਪਾਣੀ ਕਢੋ ਤਾਂ ਉਤਲਾਏ ਦਾ ਹਲੋ ਹਲੋ ਸੱਚੇ ਦਰਬਾਰ ਕੀ
ਕਾਲ ਕਾਲ ਇਹਨੂੰ ਮੰਨਦੇ ਹੋ ਇਹਦਾ ਜਿਹੜਾ ਕਪੜਾ ਮੰਨਦੇ ਹੋ ਮੈਂ ਤਾਂ ਕੱਲ ਅਸੀਂ ਯਾਦ ਕਰਕੇ ਨੌਕਰੀ ਦਾ ਮੇਰੇ 12 ਸਾਲ ਹੋ ਗਏ ਇਸ ਗੱਲ ਨੂੰ ਤੁਹਾਡੇ ਵਿਆਹ ਨੂੰ ਜਿੱਥੇ ਤੁਹਾਡਾ ਵਿਆਹ ਹੋਇਆ ਸੀਗਾ ਇਹਦੇ ਪੇਕਿਆਂ ਤੋਂ ਇਹਦੇ ਕੱਪੜੇ ਮੰਗਾਏ ਸੀ ਕਿ ਨਹੀਂ ਨਹੀਂ ਮੰਗਾਏ ਜਦੋਂ ਤੇਰੇ ਵਿਆਹ ਦੀਆਂ ਮਰੀਆਂ ਬਣਾਈਆਂ ਉਦੋਂ ਦੇ ਕੱਪੜੇ ਲਏ ਨਹੀਂ ਲਏ ਗਏ ਪਹਿਲੀ ਕੁੰਡੀ ਵਿਆਹ ਨਹੀਂ ਪਾਉਣੀ ਸਾਡੀ ਬਿਲਕੁਲ ਜੀ
ਕੁੜੀਏ ਇਹਨੇ ਦਾਰੂ ਨਹੀਂ ਪੀਣੀ ਤੇ ਤੂੰ ਕਿੰਨਾ ਦੇ ਪੇਚੀ ਨਹੀਂ ਜਾਣਾ ਜਿੱਥੇ ਬੱਚਾ ਹੋਊਗਾ ਸਵਾਲ ਨਹੀਂ ਲਗਾ ਕਿਆ ਬੱਚਾ ਗਰੰਟੀ ਮੇਰੀ ਤੇ ਜਿੱਥੇ ਬੱਚਾ ਹੋ ਗਿਆ ਨਾ ਉੱਥੇ ਅਸੀਂ ਬਾਬੇ ਦਾ ਸਮਾਨ ਲਾਉਂਗਾ ਬਾਬੇ ਬਾਲਕ ਨਾਥ ਦਾ ਬੋਲੋ ਮਨਜੂਰ ਹੈ ਬਾਬੇ ਬਾਲਕ ਨਾਥ ਦਾ ਪੂਰਾ ਲੈਣ ਦੇ ਸ਼ਾਹ ਰਾਜਿਆਂ ਦਾ ਮਨਜੂਰ ਹੈ ਤੇ ਇੱਕ ਦਾ ਹੁੰਦਾ ਸੁਨੇ ਦੀ ਚੈਣੀ ਬੋਲੋ ਮਨਜੂਰ ਹੈ ਦੂਜਾ ਮਹੀਨਾ ਨੀ ਪੈਣ ਦਿੰਦਾ ਮਾਰਤੀ ਫਿਰ ਦੂਜਾ ਮਹੀਨਾ ਨੀ ਪੈਣ ਦਿੰਦਾ ਗੱਲ ਇਹ ਹੈ ਕਾਕਾ ਜੀ ਕਿੰਨਾ ਪਿੰਡ ਸ਼ਾ ਹੈ ਬੰਦਾ ਵੱਡਾ
ਲਾ ਕੇ ਕਰਨਾ ਪੜਾਵਾ ਗਰਮੀ ਆ ਗਰਮੀ ਆ ਕਹਿੰਦਾ ਦੋ ਹੈ ਮੈਂ ਪਤਾ ਕਿਉਂ ਪੁੱਛਿਆ ਵੀ ਚੋਰੀ ਦੇ ਕਮਰੇ ਤੱਕ ਨਾ ਦਿੱਤੀਆਂ ਬਾਬੇ ਦੇ ਪੈ ਜਾਂਦਾ ਬਾਬਾ ਦੱਸ ਦਿੰਦਾ ਅਗਲਾ ਤਾਂ ਇੱਕ ਆਦਮੀ ਹੱਥ ਪਾ ਲੈਂਦਾ ਗੈਪ ਹੋ ਗਈ ਜਿਵੇਂ ਸ਼ਕਤੀ ਬਣ ਗਿਆ ਸੱਚੇ ਦਰਬਾਰ ਕੀ
Thank you.